ਇਹ ਮਾਮਲਾ ਜੀ ਸਿਕੰਦਰ ਸਿੰਘ ਨਾਂ ਦਾ ਵਿਅਕਤੀ ਸਾਡੇ ਪਿੰਡ ਘੁੰਮਣ ਕਲਾਂ ਦਾ ਮੌੜ ਰਹਿ ਰਿਹਾ ਜੀ। ਉਹਦਾ ਨਾਲ ਪੈਸਟੀਸਾਈਡ ਦਾ ਕੰਮ ਸੀ, ਆਪਦੀ ਫੈਕਟਰੀ 'ਚੋਂ ਉਹ ਘਰ ਆ ਰਹੇ ਸੀ ਤਾਂ ਰਸਤੇ 'ਚ ਸੀਵਰੇਜ ਵਾਲਾ ਹੋਲ ਖੁੱਲ੍ਹਾ ਹੋਣ ਕਰਕੇ ਉਹਦੇ 'ਚ ਮੋਟਰਸਾਈਕਲ ਵੱਜਿਆ ਅਤੇ ਉਹਦੀ ਉੱਥੇ ਡੈਥ ਹੋ ਗਈ। ਇਹ ਸਾਰਾ ਨਗਰ ਕੌਂਸਲ ਦੀ ਅਣਗਹਿਲੀ ਕਰਕੇ ਆ। ਪਿਛਲੇ ਲੰਮੇ ਸਮੇਂ ਤੋਂ ਮੌੜ ਵਾਸੀ ਵੀ ਧਰਨੇ ਦੇ ਥੱਕ ਗਏ ਪਰ ਸਰਕਾਰ ਵੀ ਨਗਰ ਕੌਂਸਲ ਵੀ ਸੁੱਤੀ ਨੀਂਦ ਪਈ ਆ, ਉਹ ਇਸ ਵੱਲ ਧਿਆਨ ਨਹੀਂ ਦੇ ਰਹੀ। ਅੱਜ ਸਾਡੇ ਬੰਦੇ ਦਾ ਨੁਕਸਾਨ ਹੋਇਆ, ਡੈਥ ਹੋਈ, ਘਰ ਮੁੱਦਾ ਵੱਜ ਗਿਆ। ਅਸੀਂ ਇਹ ਬੇਨਤੀ ਕਰਦੇ ਹਾਂ ਵੀ ਉਹ ਇਸ ਕੰਮਾਂ ਕਾਰਨ ਇਹ ਘਾਟਾਂ ਕਰਨੀ ਧਿਆਨ ਦੇਣ ਤਾਂ ਜੋ ਕਿਸੇ ਹੋਰ ਵਿਚਾਰੇ ਦਾ ਨੁਕਸਾਨ ਨਾ ਹੋਵੇ, ਕੋਈ ਹੋਰ ਘਰ ਨਾ ਪੱਟਿਆ ਜਾਵੇ। ਮੌੜ ਦਾ ਪਹਿਲਾਂ ਵੀ ਬੁਰਾ ਹਾਲ ਆ, ਹੁਣ ਪਹਿਲਾਂ ਵੀ ਮੌੜ ਦਾ ਜੀ। ਅੱਜ ਜਾ ਕੇ ਦੇਖ ਲਓ, ਕੋਈ ਰਸਤਾ ਮੌੜ ਮੰਡੀ 'ਚ ਤੁਸੀਂ ਜਾ ਨਹੀਂ ਸਕਦੇ ਵੀ ਤੁਸੀਂ ਬਿਨਾਂ ਆਪਦੇ ਪੈਰ ਜਾਂ ਬੂਟ ਲਿਬੜੇ ਟੱਪ ਜਾਓ। ਥਾਂ ਥਾਂ 'ਤੇ ਚੀਲੇ ਹੈ, ਟੋਏ ਹੈ, ਸਾਰੀਆਂ ਹੋਲਾਂ, ਸੀਵਰੇਜ ਦਾ ਬੁਰਾ ਹਾਲ ਆ, ਰਹਿਸ਼ੀ ਏਰੀਏ 'ਚ ਪਾਣੀ ਬੜੇ ਪਏ ਆ ਲੋਕਾਂ ਦੇ, ਪਰ ਸਰਕਾਰ ਨਾ ਨਗਰ ਕੌਂਸਲ ਧਿਆਨ ਨਹੀਂ ਦੇ ਰਹੀ। ਮੰਗ ਕੀ ਹੈ ਹੁਣ ਤੁਹਾਡੀ? ਮੰਗ ਤਾਂ ਸਾਡੀ ਇਹੀ ਹੈ ਜੀ, ਦੇਖੋ ਸਾਡਾ ਨੁਕਸਾਨ ਹੋ ਗਿਆ, ਸਾਡਾ ਜੇ ਬੰਦਾ ਦੁਨੀਆਂ ਤੋਂ ਚੱਲ ਗਿਆ ਮੁੜ ਕੇ ਮਿਲਣਾ ਨਹੀਂ, ਪਰ ਬੇਨਤੀ ਅਸੀਂ ਇਹੀ ਕਰਦੇ ਹਾਂ ਮੌੜ ਨਗਰ ਕੌਂਸਲ ਨੂੰ ਵੀ, ਸਰਕਾਰ ਨੂੰ ਵੀ, ਵੀ ਮੌੜ ਸ਼ਹਿਰ ਵੱਲ ਧਿਆਨ ਦਿੱਤਾ ਜਾਵੇ, ਸੀਵਰੇਜ ਦਾ ਕੋਈ ਹੱਲ ਕਰਨ। ਥਾਂ ਥਾਂ 'ਤੇ ਮੇਨ ਹੋਲਾਂ ਖੁੱਲ੍ਹੀਆਂ ਪਈਆਂ, ਪਲੇ ਪਲੇ ਮਤਲਬ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਨ ਦੇ ਖਤਰੇ ਆ ਉੱਥੇ। ਇਹ ਬੇਨਤੀ ਕਰਦੇ ਹਾਂ ਅਸੀਂ ਵੀ ਉਹ ਸੀਵਰੇਜ ਦਾ ਹੱਲ ਕਰਨ, ਹੋਲਾਂ ਬੰਦ ਕਰਨ, ਸੜਕਾਂ ਬਣਾਉਣ। ਪਿਛਲੇ ਲੰਮੇ ਸਮੇਂ ਤੋਂ ਬੁਰਾ ਹਾਲ ਹੈ, ਖੱਡੇ ਨੇ ਜੀ, ਇਹ ਸਾਡੇ ਬੰਦੇ ਦੀ ਡੈਥ ਹੋਣ ਦਾ ਮੁੱਖ ਕਾਰਨ, ਮੁੱਖ ਦੋਸ਼ੀ ਨਗਰ ਕੌਂਸਲ। ਇਹ ਮਾਮਲਾ ਜੀ ਸਿਕੰਦਰ ਸਿੰਘ ਨਾਂ ਦਾ ਵਿਅਕਤੀ ਸਾਡੇ ਪਿੰਡ ਘੁੰਮਣ ਕਲਾਂ ਦਾ ਮੌੜ ਰਹਿ ਰਿਹਾ ਜੀ। ਉਹਦਾ ਨਾਲ ਪੈਸਟੀਸਾਈਡ ਦਾ ਕੰਮ ਸੀ, ਆਪਦੀ ਫੈਕਟਰੀ 'ਚੋਂ ਉਹ ਘਰ ਆ ਰਹੇ ਸੀ ਤਾਂ ਰਸਤੇ 'ਚ ਸੀਵਰੇਜ ਵਾਲਾ ਹੋਲ ਖੁੱਲ੍ਹਾ ਹੋਣ ਕਰਕੇ ਉਹਦੇ 'ਚ ਮੋਟਰਸਾਈਕਲ ਵੱਜਿਆ ਅਤੇ ਉਹਦੀ ਉੱਥੇ ਡੈਥ ਹੋ ਗਈ। ਇਹ ਸਾਰਾ ਨਗਰ ਕੌਂਸਲ ਦੀ ਅਣਗਹਿਲੀ ਕਰਕੇ ਆ। ਪਿਛਲੇ ਲੰਮੇ ਸਮੇਂ ਤੋਂ ਮੌੜ ਵਾਸੀ ਵੀ ਧਰਨੇ ਦੇ ਥੱਕ ਗਏ ਪਰ ਸਰਕਾਰ ਵੀ ਨਗਰ ਕੌਂਸਲ ਵੀ ਸੁੱਤੀ ਨੀਂਦ ਪਈ ਆ, ਉਹ ਇਸ ਵੱਲ ਧਿਆਨ ਨਹੀਂ ਦੇ ਰਹੀ। ਅੱਜ ਸਾਡੇ ਬੰਦੇ ਦਾ ਨੁਕਸਾਨ ਹੋਇਆ, ਡੈਥ ਹੋਈ, ਘਰ ਮੁੱਦਾ ਵੱਜ ਗਿਆ। ਅਸੀਂ ਇਹ ਬੇਨਤੀ ਕਰਦੇ ਹਾਂ ਵੀ ਉਹ ਇਸ ਕੰਮਾਂ ਕਾਰਨ ਇਹ ਘਾਟਾਂ ਕਰਨੀ ਧਿਆਨ ਦੇਣ ਤਾਂ ਜੋ ਕਿਸੇ ਹੋਰ ਵਿਚਾਰੇ ਦਾ ਨੁਕਸਾਨ ਨਾ ਹੋਵੇ, ਕੋਈ ਹੋਰ ਘਰ ਨਾ ਪੱਟਿਆ ਜਾਵੇ। ਮੌੜ ਦਾ ਪਹਿਲਾਂ ਵੀ ਬੁਰਾ ਹਾਲ ਆ, ਹੁਣ ਪਹਿਲਾਂ ਵੀ ਮੌੜ ਦਾ ਜੀ। ਅੱਜ ਜਾ ਕੇ ਦੇਖ ਲਓ, ਕੋਈ ਰਸਤਾ ਮੌੜ ਮੰਡੀ 'ਚ ਤੁਸੀਂ ਜਾ ਨਹੀਂ ਸਕਦੇ ਵੀ ਤੁਸੀਂ ਬਿਨਾਂ ਆਪਦੇ ਪੈਰ ਜਾਂ ਬੂਟ ਲਿਬੜੇ ਟੱਪ ਜਾਓ। ਥਾਂ ਥਾਂ 'ਤੇ ਚੀਲੇ ਹੈ, ਟੋਏ ਹੈ, ਸਾਰੀਆਂ ਹੋਲਾਂ, ਸੀਵਰੇਜ ਦਾ ਬੁਰਾ ਹਾਲ ਆ, ਰਹਿਸ਼ੀ ਏਰੀਏ 'ਚ ਪਾਣੀ ਬੜੇ ਪਏ ਆ ਲੋਕਾਂ ਦੇ, ਪਰ ਸਰਕਾਰ ਨਾ ਨਗਰ ਕੌਂਸਲ ਧਿਆਨ ਨਹੀਂ ਦੇ ਰਹੀ। ਮੰਗ ਕੀ ਹੈ ਹੁਣ ਤੁਹਾਡੀ? ਮੰਗ ਤਾਂ ਸਾਡੀ ਇਹੀ ਹੈ ਜੀ, ਦੇਖੋ ਸਾਡਾ ਨੁਕਸਾਨ ਹੋ ਗਿਆ, ਸਾਡਾ ਜੇ ਬੰਦਾ ਦੁਨੀਆਂ ਤੋਂ ਚੱਲ ਗਿਆ ਮੁੜ ਕੇ ਮਿਲਣਾ ਨਹੀਂ, ਪਰ ਬੇਨਤੀ ਅਸੀਂ ਇਹੀ ਕਰਦੇ ਹਾਂ ਮੌੜ ਨਗਰ ਕੌਂਸਲ ਨੂੰ ਵੀ, ਸਰਕਾਰ ਨੂੰ ਵੀ, ਵੀ ਮੌੜ ਸ਼ਹਿਰ ਵੱਲ ਧਿਆਨ ਦਿੱਤਾ ਜਾਵੇ, ਸੀਵਰੇਜ ਦਾ ਕੋਈ ਹੱਲ ਕਰਨ। ਥਾਂ ਥਾਂ 'ਤੇ ਮੇਨ ਹੋਲਾਂ ਖੁੱਲ੍ਹੀਆਂ ਪਈਆਂ, ਪਲੇ ਪਲੇ ਮਤਲਬ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਨ ਦੇ ਖਤਰੇ ਆ ਉੱਥੇ। ਇਹ ਬੇਨਤੀ ਕਰਦੇ ਹਾਂ ਅਸੀਂ ਵੀ ਉਹ ਸੀਵਰੇਜ ਦਾ ਹੱਲ ਕਰਨ, ਹੋਲਾਂ ਬੰਦ ਕਰਨ, ਸੜਕਾਂ ਬਣਾਉਣ। ਪਿਛਲੇ ਲੰਮੇ ਸਮੇਂ ਤੋਂ ਬੁਰਾ ਹਾਲ ਹੈ, ਖੱਡੇ ਨੇ ਜੀ, ਇਹ ਸਾਡੇ ਬੰਦੇ ਦੀ ਡੈਥ ਹੋਣ ਦਾ ਮੁੱਖ ਕਾਰਨ, ਮੁੱਖ ਦੋਸ਼ੀ ਨਗਰ ਕੌਂਸਲ।